ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰਨਾ ਕਲਿੱਕ ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਅੱਜ ਜਨਾਬ ਪਹਿਲਾਂ ਝੋਟੀ ਦੀ ਵੀਡੀਓ ਲੈ ਕੇ ਆਇਆ। ਝੋਟੀ ਜਨਾਬ ਵਾਲੀ ਸੂਈ ਹੋਈ ਹੈ, ਮਗਰ ਕੱਟਾ ਬਾਕੀ ਜਨਾਬ ਕਿੰਨੇ ਦਿਨ ਹੋ ਗਏ ਨੇ, ਕੀ ਇਹਦਾ ਜਨਾਬ ਪਿਆਰ ਮੁਹੱਬਤ ਵਾਲੇ ਪੈਸੇ ਨੇ, ਸਾਰੀਆਂ ਗੱਲਾਂ ਮਾਲਕ ਤੋਂ ਸਾਂਝਾ ਲੈ ਕੇ ਦੇਵਾਂਗੇ। ਮਿਹਣੇ ਦੇਣ ਮੁਕੱਦਰ ਸੌਦਾ ਨਾਲ ਨਸੀਬ ਦੇ ਆਪਣੇ ਭਰਾਵਾਂ ਵਾਸਤੇ ਹਮੇਸ਼ਾ ਕੋਸ਼ਿਸ਼ ਕਰਕੇ ਅੱਛੇ ਜਾਨਵਰ ਇਨਸ਼ਾਲਾ ਆਪਣੇ ਚੈਨਲ ਤੇ ਪਾਏ ਜਾਂਦੇ ਨੇ। ਥੱਬਿਆਂ ਦਾ ਵਾਹਨਾ ਮਾਸ਼ਾਅੱਲਾ ਪੂਰਾ ਜਨਾਬ ਮੁੱਠ ਮੁੱਠ ਦਾ ਥਾਣ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ ਕੈਮਰਾਮੈਨ ਸਾਹਿਬ ਤਸੱਲੀ ਕਰਵਾਉਣੀ ਹੈ ਤਾਂ ਕਿ ਮੇਰਾ ਵੀਰ ਭਰਾ ਕੋਈ ਨਾ ਕਵੇ ਕਿ ਅੱਜ ਸਾਹਿਬ ਫਲਾਣੀ ਜਗ੍ਹਾ ਜਨਾਬ ਇਹ ਮੱਝ ਆਪਾਂ ਨੂੰ ਨਜ਼ਰ ਨਹੀਂ ਆਈ। ਬਾਕੀ ਜਨਾਬ ਨਜ਼ਰਾਂ ਹੀ ਕਰੋ, ਭਰਾਵਾਂ ਨੂੰ ਤਸੱਲੀ ਕਰਨ, ਦਿਲ ਰਾਜ਼ੀ ਹੋਵੇ ਤੇ ਮਾਸ਼ਾਅੱਲਾ ਦਾ ਕਮੈਂਟ ਲਾਣਾ, ਨਾ ਆਵੇ ਤੇ ਜਨਾਬ ਵੀਡੀਓ ਨੂੰ ਅੱਗੇ ਰੋੜ ਦੇਣਾ। ਬਾਕੀ ਜਨਾਬ ਤੁੰਨੀ ਤੋਂ ਲੈ ਕੇ ਤੇ ਸਾਥ ਕਰਵਾਉਣਾ ਪੂਰਾ ਜਨਾਬ, ਕੱਦ ਚੰਗਾ ਲਾਮ ਚੰਗੀ। ਬਾਕੀ ਜਨਾਬ ਇਹ ਕੱਢੀ ਮਾਸ਼ਾਅੱਲਾ ਪੁੱਠਾ ਖੁੱਡਾ ਢਾਕ ਕੈਮਰੇ ਨਜ਼ਰ ਵਿੱਚ ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ। ਬਾਕੀ ਜਨਾਬ ਕੰਨੀ ਬੜੀ ਲੰਮੀ ਮਾਸ਼ਾਅੱਲਾ, ਕਤਰੀ ਕਤਰੀ ਸਿੰਘੀ ਚਾਚ ਫੇਰੋ ਮੇਰਾ ਕੈਮਰਾਮੈਨ ਇਨਸ਼ਾਅੱਲਾ ਤਸੱਲੀਆਂ ਕਰਵਾਵੇਗਾ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਬਰਾਤ ਦੇ। ਬਾਕੀ ਜਨਾਬ ਭਰਾਵਾਂ ਨੂੰ ਕੋਸ਼ਿਸ਼ ਕਰਕੇ ਨੀਲੀ ਦੇ ਜਾਨਵਰ ਨੀਲੀ ਦੇ ਇਲਾਕੇ ਵੀ ਇਨਸ਼ਾਅੱਲਾ ਮਿਲਦੇ ਨੇ। ਮਾਸ਼ਾਅੱਲਾ ਪੂਰੀ ਬਰੀਕ ਝੋਟੀ ਮਾਸ਼ਾਅੱਲਾ ਪੂਰਾ ਜਨਾਬ, ਥੱਬਿਆਂ ਦਾ ਵਾਹਨਾ ਮੁੱਠ ਮੁੱਠ ਦਾ ਥਾਣ, ਪੂਰੀ ਲੋਕੇਸ਼ਨ ਤੇ ਥਾਣ, ਅੱਲਾ ਦੇ ਫਜ਼ਲੋ ਕਰਮ ਨਾਲ ਭਰਾਵਾਂ ਨੂੰ ਤਸੱਲੀ ਕਰਵਾਵਾਂਗੇ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਕੈਮਰਾਮੈਨ ਸਾਹਿਬ ਤਸੱਲੀ ਕਰਵਾਉਣੀ ਹੈ, ਇਹਨੂੰ ਕਹਿੰਦੇ ਜਨਾਬ ਤੁੰਨੀ ਤੋਂ ਲੈ ਕੇ ਤੇ ਇਹ ਸਾਥ ਤੀਕਰ ਜਨਾਬ ਵਾਹਨਾ ਪੂਰਾ ਜਨਾਬ 1.5 ਫੁੱਟ ਵਾਹਨਾ ਚੌੜਾ ਮਾਸ਼ਾਅੱਲਾ। ਬਾਕੀ ਜਨਾਬ ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਪੂਰੀਆਂ ਜਨਾਬ ਵਿਰਲਾਂ ਅੱਲਾ ਦੀ ਮਿਹਰਬਾਨੀ ਨਾਲ। ਝੋਟੀ ਜਨਾਬ ਪਿੱਛੋਂ ਉੱਚੀ ਹੈ ਜਨਾਬ, ਇਹ ਕੱਢੀ ਮਾਸ਼ਾਅੱਲਾ, ਇਹਨੂੰ ਕਹਿੰਦੇ ਜਨਾਬ ਕੰਢ ਤੋਂ ਪਾਣੀ ਸੱਟੋ ਤੇ ਅੱਲਾ ਦੀ ਮਿਹਰਬਾਨੀ ਨਾਲ ਕੰਨੀ ਚ ਕਰਾਵੇਗਾ। ਬਾਕੀ ਜਨਾਬ ਝੋਟੀ ਪੂਰੇ ਜਨਾਬ ਸ਼ੌਕ ਵਾਲੀ ਹੈ, 21 ਦੇ 21 ਹਰ ਵਾਲੀ। ਬਾਕੀ ਜਨਾਬ ਲੈਣ ਦੇਣ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਵਾਸਤੇ ਇਨਸ਼ਾਅੱਲਾ ਸਫ਼ਰ ਕਰਕੇ ਨੀਲੀ ਦੇ ਜਾਨਵਰ ਇਨਸ਼ਾਅੱਲਾ ਵਿਖਾਏ ਜਾਂਦੇ ਨੇ। ਬਾਕੀ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਲਓ ਭਾਜੀ ਅਸਲਾਮ ਅਲੈਕਮ। ਵਾਲੇਕੁਮ ਸਲਾਮ ਭਾਜੀ, ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ ਜੀ। ਤਬੀਅਤ ਠੀਕ ਹੈ? ਅੱਲਾ ਪਾਕ ਦੀ ਰਹਿਮਤ। ਸਭ ਤੋਂ ਪਹਿਲੇ ਇਹ ਦੱਸਣਾ ਕਿ ਝੋਟੀ ਆਪਣੀ ਵਿਖਾਈ ਜਾਂਦਾ ਮੇਰਾ ਕੈਮਰਾਮੈਨ, ਤੇ ਝੋਟੀ ਆਪਣੀ ਜਨਾਬ ਕਿੰਨਵਾਂ ਸੂਆ ਸੂਈ ਹੈ? ਪਹਿਲੇ ਵਾਰ ਹੈ। ਇਹ ਪਹਿਲੀ ਝੋਟੀ ਹੈ? ਬਿਲਕੁਲ ਜੀ। ਤੇ ਕਦੋਂ ਸੂਈ ਜਨਾਬ? ਅੱਜ ਚੌਥਾ ਜੜਾ ਸੀ। ਆ 4 ਦਿਨ ਹੋ ਗਏ ਨੇ ਜੀ। ਉਹ ਵੇਖ ਲਓ ਨਾੜਵਾ ਨਾਲ ਤਸੱਲੀ ਕਰ ਸਕਦਾ। ਤਸੱਲੀ ਕਰ, ਮਗਰ ਕੱਟਾ ਹੈ? ਕੱਟਾ ਜੀ, ਕੱਟਾ। ਠੀਕ ਹੋ ਗਿਆ। ਤੇ ਇਹ ਜਨਾਬ ਸੂਈ ਖੜੀ ਹੈ ਥੜਾਂ ਦੀ ਬਿਲਕੁਲ ਓਕੇ? ਆਣ ਕੇ ਕੋਈ ਵੀਰ ਦਾ ਦਿਲ ਕਰੇ ਆਣ ਕੇ ਤਸੱਲੀ ਕਰਨੀ, ਤਦ ਕਰ ਲਵੇ ਜੇ ਸਾਡੇ ਤੇ ਰਵੇ ਤੇ ਅੱਲਾ ਦੇ ਗੁਨਾ ਮਾਈ ਦੇ ਵਿੱਚ ਫੋਟ ਹੋਵੇ ਤਾਂ ਜ਼ਿੰਮੇਵਾਰ। ਮਾਈ ਸੋਨੇ ਵਰਗੀ ਚਵਾਪ ਸਮਾ ਲਾ। ਅੱਛਾ, ਹਾਂਜੀ। ਤੇ ਦੂਸਰੀ ਗੱਲ ਇਹ ਦੱਸਣੀ ਕਿ ਜਿਹੜੇ ਮੱਝਾਂ ਬਰੀਕ ਹੁੰਦੀਆਂ ਨੇ ਜੀ ਜੀ ਭਾਈ ਸਾਹਿਬ, ਵਾਕਈ ਉਹ ਦੁੱਧ ਦਿੰਦੀਆਂ ਨੇ ਜਿਵੇਂ ਗੱਲਾਂ ਹੀ ਲੋਕਾਂ ਨੇ ਬਣਾਈਆਂ? ਜੀ ਸਾਹਿਬ, ਮੱਝ ਅੱਲਾ ਦੇ ਹੁਕਮ ਨਾਲ ਆਇਆ ਵੇ ਰੇਸ਼ਮ ਵਰਗੀ ਹੈ, ਜਿੱਥੋਂ ਤੇਰਾ ਦਿਲ ਕਰਦਾ ਜੀ ਸਾਹਿਬ ਉੱਥੋਂ ਵੇਖ ਸਕਣਾ ਮਾਈ। ਇਨਸ਼ਾਅੱਲਾ ਤਾਲਾ ਇਹ ਨਹੀਂ ਗੱਲ ਹੈ ਜੀ ਵੀ ਅਸੀਂ ਤੁਹਾਡੇ ਨਾਲ। ਕਾਲਾ ਸ਼ਾਹ, ਅੱਖਾਂ ਚਿੱਟੀਆਂ ਸਫੈਦ, ਮੂੰਹ ਚ ਚੌਗੀ, ਕੋਈ ਦੋਸਤ ਵੀ ਇਹ ਵੇਖੇ ਇਨਸ਼ਾਅੱਲਾ ਤਾਲਾ ਆਖੇਗਾ ਵਾਕਈ ਹੈ। ਤੇ ਇਸੇ ਤਰ੍ਹਾਂ ਜਿਸ ਤਰੀਕੇ ਮਾਸ਼ਾਅੱਲਾ ਪੁੱਠਾ ਖੁੱਡਾ ਮਾਸ਼ਾਅੱਲਾ ਬੜਾ, ਇਸੇ ਤਰ੍ਹਾਂ ਜੀ, ਇਸੇ ਤਰ੍ਹਾਂ ਸਾਹਿਬ ਲੇਵਾ ਵੇਖੋ ਮਾਈ ਕੋਲੋਂ, ਮੈਂ ਕੰਮ ਵੇਖੋ
ਅੱਛਾ ਤੇ ਹੁਣ ਚਾਰ ਦਿਨ ਹੋ ਗਏ ਨੇ ਭਾਈ ਮੇਰਾ ਸੂਈ ਨੂੰ ਤੇ ਮਗਰ ਕੱਟਾ ਤੇ ਇਹਦੇ ਥਣਾਂ ਦੀ ਗਰੰਟੀ ਆਪਣੀ ਚੋ ਲੈਣੀ ਅਸੀਂ ਵੀ ਤਸੱਲੀ ਕਰ ਲੈਣੀ ਅੱਛਾ ਤੇ ਹੁਣ ਜਨਾਬ ਦੁੱਧ ਜਿਹੜਾ ਸੂਈ ਖੜੀ ਅਸੀਂ ਚੋ ਵੀ ਲੈਣੀ ਹੈ ਇੱਕ ਤਿਆਤਨ ਤੌਰ ਤੇ ਅਸੀਂ ਪੁੱਛੀ ਜਾਂਦੇ ਆਪਣੇ ਭਰਾਵਾਂ ਨੂੰ ਦੱਸਣਾ ਇਹਦੇ ਥੱਲੇ ਜਨਾਬ ਅਸੀਂ ਦੋ ਟਾਈਮ ਇਹਦੀ ਚੁਆਈ ਕਰ ਲਈਏ ਤੇ ਉਹ ਦੱਸਣਾ ਬੋੜੇ ਵਿੱਚ ਅਜੇ ਦੇਖਦੇ ਬੋੜਾ ਕਰਦੀ ਪਈ ਹੈ ਹੁਣ ਮਾਈ ਕੋਲ 12 ਕਿਲੋ ਦੁੱਧ ਹੈ 12 ਕਿਲੋ ਬਿਲਕੁਲ ਝੂਠ ਮਾਰ ਗਿਆ 20 ਸਿਰ 25 ਸਿਰ ਨੀ ਭੇਜਣ ਮੈਂ ਜਿੰਨਾ ਦਿੰਦੀ ਪਈ ਉਹ ਦੱਸਣਾ ਅੱਛਾ ਹੁਣ 12 ਕਿਲੋ ਹੈ ਜੀ ਆਈ ਸਾਹਿਬ ਪੱਕੀ ਗੱਲ ਹੈ ਪੱਕੀ ਤਸੱਲੀ ਨਾਲ ਅੱਛਾ ਮੈਣਾ ਸ਼ਾਣਾ ਸੱਟੇਗੀ ਕੀ ਤੋਂ ਬਾਅਦ ਕਿੰਨਾ ਦੁੱਧ ਕਰਦੀ ਰਹੇਗੀ ਕੋਈ 15-14-15 ਸਿਰ ਕਰਦੀ ਰਹੇਗੀ ਅੱਲਾ ਦੇ ਹੁਕਮ ਨਾਲ 16-17 ਸਿਰ ਦੁੱਧ ਨਾ ਮੈਂ ਕਰੇ ਤਾਂ ਤਾਂ ਵੀ ਮਿਲੂਗਾ ਨਸਲੀ ਮਾਈ ਦਰਿਆ ਦੀ ਖਾਸ ਨੀਤੀ ਦੀ ਡੁੱਬਣ ਦੀ ਮੈਂ ਇਹ ਨੀ ਕੋਈ ਅਸੀਂ ਨੱਥੂ ਫੱਤੂ ਮਹੀਆਂ ਨੀ ਲਿਆਂਦੇ ਅਗਲੇ ਜਾੜੇ ਮੇਰੀ ਮੈਂ ਵੇਖੀ ਜੇ ਅੱਛਾ ਤੇ ਇਹ ਜਨਾਬ ਜਿਹੜਾ ਇਹਦੇ ਹੁਣ ਪੱਕੇ ਜੇ ਪੈਸੇ ਜਿਹੜੇ ਆਪਾਂ ਲੈਣੇ ਨੇ ਡਿਮਾਂਡ ਨਹੀਂ ਕਰਨੀ ਕਿਉਂਕਿ ਅੱਜ ਈਦ ਦਾ ਦਿਹਾੜਾ ਸਾਡੇ ਬਹੁਤ ਸਾਰੇ ਭਰਾ ਜਿਹੜੇ ਜਨਾਬ ਬਰੂਨੇ ਮੁਲਕ ਬਾਹਰ ਬੈਠੇ ਨੇ ਜੀ ਜੀ ਆਈ ਸਮਝ ਦਰਿਆ ਪਾਰ ਯਾਨੀ ਕਿ ਤੇ ਉਹਨਾਂ ਵਾਸਤੇ ਜਨਾਬ ਜਿਹੜਾ ਅੱਜ ਈਦ ਵੀ ਹੈਗੀ ਹੈ ਆਪਣੀ ਪੂਰੀ ਟੀਮ ਦੀ ਤਰਫੋਂ ਉਹਨਾਂ ਨੂੰ ਈਦ ਮੁਬਾਰਕ ਜੀ ਜੀ ਤੇ ਇਹਦੇ ਜਨਾਬ ਪੱਕੇ ਜੇ ਪੈਸੇ ਕੋ ਜਿਹੜੇ ਆਪਾਂ ਲੈਣੇ ਨੇ ਆਈ ਸਾਹਿਬ ਅੱਛਾ ਪੈਸੇ ਪੱਕੇ ਪਿੱਛੇ ਤੇ ਮਾਈ ਦੇ ਜਿਹੜੇ ਹੈ ਨਾ ਅੱਛਾ 4,30,000 ਤੇ ਇਹ ਭਾਈ ਜਾਨ ਮੇਰੀ ਗੱਲ ਸੁਣੋ ਪੈਸੇ ਜਿਹੜੇ ਨਾ ਸਮਝ ਲੋ ਈਦ ਆਪਣੇ ਵੀ ਸ਼ੁਰੂ ਹੋਈ ਹੈ ਸਮਝ ਲੈ ਤੇ ਕੋਈ ਮੁਹੱਬਤ ਪਿਆਰ ਇਹਦੇ ਵਿੱਚੋਂ ਪੱਕੀ ਫਾਈਨਲ ਗੱਲ ਕਰਦੇ ਵੀ ਸਾਹਿਬ ਇਹਦੇ ਘੱਟ ਮਾਜ ਨੀ ਦੇਣੀ ਆਪਾਂ 4,15,000 ਦੀ ਸੋਹਣੀ ਗੱਲ ਕੀਤੀ ਤੇ ਜੇ ਕੋਈ ਵੀਰ ਭਰਾ ਜਨਾਬ ਸਫ਼ਰ ਕਰਕੇ ਆਉਂਦਾ ਉਹਦੇ ਨਾਲ ਇਨਸ਼ਾਲਾ ਮੁਹੱਬਤ ਕਰਾਂਗੇ ਅੱਛਾ ਦੂਸਰੀ ਗੱਲ ਇਹ ਈਦ ਦੀਆਂ ਛੁੱਟੀਆਂ ਨੇ ਕੋਈ ਵੀਰ ਭਰਾ ਜਨਾਬ ਬਿਆਨਾ ਕਰਵਾ ਦੇਵੇ ਤੇ ਆਖੇ ਮੈਂ ਜਨਾਬ ਕਿਉਂਕਿ ਬੈਂਕ ਦੁਬਾਰਾ ਖੁੱਲਣੇ ਨੇ ਜਾ ਕੇ ਬੁੱਧ ਵਾਲੇ ਦਿਨ ਤੇ 2-4 ਦਿਨ ਰੋਕ ਲਾਂਗਾ ਰੋਕ ਲਾਂਗੇ ਬਿਆਨਾ ਕਰਕੇ ਰੋਕਾਂਗੇ ਇਨਸ਼ਾਲਾ ਕਰ ਲਵੇ ਰੋਕ ਲਾਂਗੇ ਮੱਝ ਅੱਲਾ ਦੇ ਹੁਕਮ ਨਾਲ ਜਿਵੇਂ ਹੁਣ ਖੋਤੀ ਐਵੇਂ ਸੋਨੇ ਵਰਗੀ ਖੋਤੀ ਰਹੇ ਠੀਕ ਹੋ ਗਿਆ ਸਾਨੂੰ ਉਹਦੇ ਨਾਲ ਜਿਆਦਾ ਚਾਹਤ ਹੁੰਦੀ ਵੀ ਮੈਂ ਸਾਡੀ ਗੱਟੇ ਨਾ ਵੱਧ ਤੇ ਦੱਸੇ ਮਾਲਕ ਇਹ ਨਾ ਆਖੇ ਕੱਲ ਨੂੰ ਵਿਆਹ ਕੀ ਠੀਕ ਹੋ ਗਿਆ ਕੈਮਰਾਮੈਨ ਸਾਹਿਬ ਤਸੱਲੀ ਕਰਵਾ ਦੋ 4,15,000 ਤੇ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾਲਾ ਮਗਰ ਇਹਦੇ ਆਓ ਕੱਟਾ ਕੈਮਰਾਮੈਨ ਸਾਹਿਬ ਤਸੱਲੀ ਕਰਵਾਉਣੀ ਹੈ ਨਾੜਵਾ ਨਾਲ ਜਨਾਬ 4 ਦਿਨ ਹੋ ਗਏ ਨੇ ਸੂਈ ਨੂੰ ਥਣਾਂ ਦੀ ਗਰੰਟੀ ਅੱਛਾ ਤੇ ਬੱਚਾ ਜਨਾਬ ਬਿਲਕੁਲ ਖੈਰ ਖਰੀਦ ਨਾ ਲੈਂਦੀ ਹੈ ਬੱਚੇ ਤਾਂ ਮਾਸ਼ਾਅੱਲਾ ਲੈ ਜਾਂਦੀ ਹੈ ਨਾ ਲਓ ਜਨਾਬ 4,15,000 ਉਮੀਦ ਕਰਾਂਗਾ ਮੇਰੇ ਭਰਾ ਨੂੰ ਅੱਜ ਦੀ ਵੀਡੀਓ ਪਸੰਦ ਹੈ ਪਸੰਦ ਆਵੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ ਨੰਬਰ ਜਨਾਬ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ ਮਿਲਾਂਗੇ ਇੱਕ ਅੱਛੀ ਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ